ਜਿੰਦਲ ਨੇ ਜੋ ਕਰਕੇ ਵਿਖਾਤਾ, ਆਪਾਂ ਨੂੰ ਉਹਦੇ ਪਾਏ ਸਕੂਲ ਨੇ ਚੱਲਣਾ ਚਾਹੀਦਾ ਹੈ। ਬਾਕੀ ਜਿਹਦੀਆਂ ਰਾਜਨੀਤੀ ਗੰਧਲੀ ਹੋ ਗਈ, ਉਹਨੂੰ ਇੱਕ ਟੋਟਕਾ ਚੱਲੀ ਜਾਂਦਾ ਸੀਗਾ, ਪੱਗ ਰੰਗ ਦੇ ਲਾਰੀ ਆ ਮੇਰੀ, ਰਾਜਨੀਤੀ ਬਦਲ ਗਈ। ਉਹ ਦੇਸ਼ ਲਈ ਖਤਰਨਾਕ ਹੀ ਹੈ, ਮੈਨੂੰ ਕੋਈ ਆਪਸ਼ਨ ਤਾਂ ਦਿਸਦੀ ਨਹੀਂ। ਇੰਨਾ ਜ਼ਰੂਰ ਹੈ ਕਿ ਵੋਟ ਤਾਂ ਪਾਉਣੀ ਜ਼ਰੂਰ ਚਾਹੀਦੀ ਹੈ, ਪੋਜ਼ਿਟਿਵ ਨਾ ਹੋਵੇ ਤਾਂ ਜਿਹਨੂੰ ਤੁਸੀਂ ਰਿਜੈਕਟ ਕਰਨਾ ਚਾਹੁੰਦੇ ਉਹਦੇ ਅਗੇਂਸਟ ਜ਼ਰੂਰ ਪਾਓ, ਅਤੇ ਵਿਦਡਰੋ ਕਰਨਾ ਜਾਂ ਇਹ ਸੋਚਣਾ ਪੋਲੀਟਿਕਸ ਡਰਟੀ ਗੇਮ ਹੈ ਅਤੇ ਇਸ ਕਰਕੇ ਮੈਂ ਪਾਰਟੀਸਪੇਟ ਨਹੀਂ ਕਰਦਾ, ਇਹ ਸਹੀ ਗੱਲ ਨਹੀਂ ਹੈਗੀ। ਅਸੀਂ ਕਿਸੇ ਦੀ ਕੋਈ ਫਰਕ ਨਹੀਂ, ਗਲੋਬਲਾਈਜੇਸ਼ਨ ਦਾ ਇੰਨਾ ਜ਼ਬਰਦਸਤ ਅਸਰ ਹੈ ਕਿ ਜੋ IMF ਜਾਂ ਵਰਲਡ ਬੈਂਕ ਕਹਿੰਦਾ ਉਹੀ ਹਿੰਦੁਸਤਾਨ 'ਚ ਹੁੰਦਾ। ਮਨਮੋਹਨ ਸਿੰਘ ਵੀ ਉਹੀ ਕਰਦਾ ਸੀ, ਅਰੁਣ ਜੇਤਲੀ ਵੀ ਉਹੀ ਕਰਦਾ ਸੀ, ਹੁਣ ਵੀ ਸੀਤਾਰਮਨ ਵੀ ਉਹੀ ਕਰਦੀ ਹੈ। ਆਪਦੇ ਜਵਾਕ ਇਹਨਾਂ ਦੇ ਯੂਰਪ 'ਚ ਪੜ੍ਹਦੇ ਹੈ, ਅਮੈਰੀਕਾ 'ਚ ਰਹਿੰਦੇ ਹੈ, ਸਿਟੀਜਨ ਉੱਧਰ ਦੇ ਹੈ, ਤੁਹਾਡਿਆਂ ਨੂੰ ਇਹ ਯੋਗ ਸਿਖਾਉਂਦੇ ਹੈ ਜਾਂ ਮੰਤਰ ਸਿਖਾਉਂਦੇ ਹੈ, ਅਤੇ ਸਿੱਖਿਆ ਦਾ ਇੰਨਾ ਬੁਰਾ ਹਾਲ ਕਰ ਰਿਹਾ ਕਿ ਡਾਰਵਿਨ ਕੱਢਤਾ। ਸੁਪਰ ਹੌਟ ਸੀਟ ਬਠਿੰਡਾ ਉੱਤੇ ਸਭ ਦੀਆਂ ਨਜ਼ਰਾਂ ਰਹਿੰਦੀਆਂ ਨੇ, ਕਿਉਂਕਿ ਇੱਕ ਪਾਸੇ ਤਾਂ ਅਕਾਲੀ ਦਲ ਇਸ ਨੂੰ ਆਪਣਾ ਗੜ ਮੰਨਦਾ ਤਾਂ ਦੂਜੇ ਪਾਸੇ ਵਿਰੋਧੀ ਇਸ ਗੜ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਪਰ ਬਠਿੰਡਾ ਦੇ ਲੋਕ ਕੀ ਸੋਚ ਰਹੇ ਨੇ ਅਤੇ ਕੀ ਆਖ ਰਹੇ ਨੇ ਉਹ ਤੁਸੀਂ ਸੁਣ ਲਵੋ। ਮਗਲਾ ਜਿੰਦਲ, ਮੈਂ 2024 ਦੀਆਂ ਚੋਣਾਂ ਨੂੰ ਕਿਵੇਂ ਦੇਖਦੇ ਹੋ, ਕਿਹੜੀ ਪਾਰਟੀ ਜਿਹੜੀ ਅੱਗੇ ਤੁਹਾਨੂੰ ਵੱਧਦੀ ਲੱਗਦੀ ਹੈ, ਕੀ ਸਾਰੇ ਹਾਲਾਤ? ਦੇਖੋ ਜੀ, ਜਿਹੜੇ ਹਾਲਾਤ ਬਣ ਗਏ ਦੇਸ਼ ਦੇ, ਆਪਾਂ ਨੂੰ ਘਰ ਸੰਭਾਲਣਾ ਔਖਾ, ਦੇਸ਼ ਨੂੰ ਸੰਭਾਲਣਾ ਤਾਂ ਬਹੁਤ ਔਖ ਦੂਰ ਦੀ ਗੱਲ ਆ। ਜੇ ਆਪਾਂ ਕਿਸੇ 'ਤੇ ਬਲੇਮ ਲਾਈਏ ਸਰਕਾਰਾਂ 'ਤੇ, ਉਹਨੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਇਹ ਤਾਂ ਹਾਲਾਤ ਐਸੇ ਬਣ ਗਏ। ਹੁਣ ਮੈਂ 38 ਸਾਲ ਸਰਵਿਸ ਕੀਤੀ ਆ, ਪ੍ਰਿੰਸੀਪਲ ਰਿਟਾਇਰ ਹਾਂ IT ਬਠਿੰਡਾ ਤੋਂ। ਉਦੋਂ ਕੀ ਦੇਖਦੇ ਸੀਗੇ ਵੀ ਇਹੀ ਕੁਛ ਹੁੰਦਾ ਸੀ, ਕਿਉਂਕਿ ਮੈਂ ਤਾਂ ਜਿਹੜੀ IT 'ਚ ਰਹਿੰਦਾ ਸੀ, ਸਾਲ 'ਚ 1 ਮਹੀਨੇ ਤਨਖਾਹ IT ਦੇ ਡਿਵੈਲਪਮੈਂਟ 'ਤੇ ਲਾਉਂਦਾ ਸੀ, ਠੀਕ। ਉਹਨਾਂ ਨੂੰ ਪ੍ਰੇਰਣਾ ਮਿਲਦੀ ਸੀ, ਅੱਜ ਵੀ ਮੇਰੀਆਂ ਉਦਾਹਰਨਾਂ ਹੈੱਡਕੁਆਰਟਰ ਚੰਡੀਗੜ੍ਹ ਪੰਜਾਬ ਦੇ 'ਚ ਮੇਰੀਆਂ ਉਦਾਹਰਨਾਂ ਆਉਂਦੇ ਨੇ ਵੀ ਮਦਨ ਲਾਲ ਜਿੰਦਲ ਨੇ ਜੋ ਕਰਕੇ ਦਿਖਾਤਾ, ਆਪਾਂ ਨੂੰ ਉਹਦੇ ਪਾਏ ਪੂਰਨੇ ਚੱਲਣਾ ਚਾਹੀਦਾ ਹੈ। ਬਾਕੀ ਜਿਹੜੀਆਂ ਰਾਜਨੀਤੀ ਗੰਧਲੀ ਹੋ ਗਈ, ਹੁਣ ਇੱਕ ਟੋਟਕਾ ਚੱਲੀ ਜਾਂਦਾ ਸੀਗਾ, ਪੱਗ ਰੰਗ ਦੇ ਲਾਰੀ ਆ ਮੇਰੀ, ਰਾਜਨੀਤੀ ਬਦਲ ਗਈ। ਹੁਣ ਕਿਸੇ ਨੂੰ ਕੈਂਡੀਡੇਟ ਆ ਉਹ ਉਸੇ ਤਵਾ ਲਾਈ ਜਾਂਦਾ, ਉਸ 'ਤੇ ਤਵਾ ਲਾਈ ਜਾਂਦਾ, ਉਹ ਇਹ ਨਹੀਂ ਕਹਿੰਦਾ ਵੀ ਭਾਈ ਅਸੀਂ ਆਹ ਕੰਮ ਕਰਾਂਗੇ, ਆਹ ਕੰਮ ਚੰਗਾ ਕੀਤਾ, ਉਹਨਾਂ ਨੇ ਆਹ ਕੀਤਾ ਜੀ, ਉਹਨੇ ਆਹ ਵਾਅਦਾ ਕੀਤਾ ਸੀਗਾ, ਆਹ ਮੋਦੀ ਸਰਕਾਰ ਨੇ ਆਹ ਕੀਤਾ, ਅਕਾਲੀਆਂ ਨੇ ਆਹ ਕੀਤਾ। ਅਤੇ ਹੁਣ ਇੱਕ ਬੰਦਾ ਮਿਲਿਆ ਜੀ, ਕਹਿੰਦਾ ਅਸਾਂ ਕਹਿੰਦੇ ਜਿੱਤੇ ਪਏ, ਬਸ ਐਲਾਨ ਹੋਣਾ ਹੀ ਬਾਕੀ ਆ। ਫਿਰ ਲੋਕ ਕਹਿੰਦੇ ਵੀ ਜਲਸ ਜਲੂਸ ਕਿਉਂ ਕਰਦੇ ਹਾਂ, ਆਪਾਂ ਇੱਕ ਨਾਂ ਹੀ ਲੈਂਦੇ। ਕੱਲ੍ਹ ਸਾਡੇ ਮੁਹੱਲੇ 'ਚ ਇੱਕ ਮੀਟਿੰਗ ਸੀ, 250-300 ਬੰਦਾ ਇਕੱਠਾ ਸੀ, ਉੱਥੇ ਕਿਸੇ ਚੇਅਰਮੈਨ ਨੇ ਪੰਜਾਬ ਦੇ ਨੇ ਕਹਿਤਾ ਜੀ ਖੁੱਡੀਆ ਸਾਹਿਬ ਤਾਂ ਜਿੱਤੇ ਪਏ ਨੇ, ਐਲਾਨ ਹੋਣਾ ਬਾਕੀ ਆ। ਕਹਿੰਦਾ ਉਹ ਬੰਦਾ ਇੱਕ ਉੱਠ ਕੇ ਬੋਲ ਪਿਆ, ਫਿਰ ਉਹ ਦੁਖੀ ਸਰਕਾਰ ਤੋਂ, ਬੇਰੁਜ਼ਗਾਰ ਸੀ, ਹਾਈ ਕੋਰਟ ਨੇ ਉਹਦੇ ਵਿਰੁੱਧ ਫੈਸਲਾ ਦਿੱਤਾ। ਉਹ ਕਹਿੰਦਾ ਫਿਰ ਇੱਕ ਚੀਜ਼ ਆ ਜੀ, ਚੇਅਰਮੈਨ ਸਾਹਿਬ ਆ ਫਿਰ ਡਰਾਮੇ ਕਿਉਂ ਕਰਦੇ ਤੁਸੀਂ, ਇਹਨੇ ਲੋਕ ਇਕੱਠ ਕਰਕੇ ਗਰਮੀ 'ਚ ਮਾਰੇ ਨੇ, ਤਾੜ ਰੱਖੇ ਨੇਗੇ, 15-20 ਪੁਲਿਸਾਂ ਨੇ ਘੇਰਾ ਪਾਇਆ ਹੋਇਆ, ਭਾਈ ਬੈਠੋ ਬੈਠੋ ਬੈਠੋ, ਫਿਰ ਤਾਂ ਲੋੜ ਹੀ ਡਰਾਮੇ ਕਰਨ ਦੀ। ਇਸ ਕਰਕੇ ਉਹਨੂੰ ਆਪਣੀਆਂ ਜਿਹੜੇ ਆਪਾਂ ਬਲੇਮ ਕਰਦੇ ਹਾਂ, ਬਲੇਮ ਤਾਂ ਅੱਜ ਕੱਲ੍ਹ ਖਤਮ ਹੋ ਗਈ, ਪਤਾ ਜੋ ਕੁਛ ਮਿਲਦਾ ਸਰਕਾਰਾਂ ਤੋਂ ਉਹ ਵਧੀਆ ਹੀ ਹੈ ਬਸ। ਕਿਉਂਕਿ ਸਰਕਾਰੀ ਜਿਹੜੇ ਆਪਣੇ ਘਰ ਦੇ ਹਾਲਾਤ ਦੇਖੋ ਜੀ, ਇੱਕ ਪੰਜੀ ਨੇ, ਆਪਾਂ 5 ਜੀਆਂ ਨੂੰ ਸੰਭਾਲ ਨਹੀਂ ਸਕਦੇ, ਇੱਕ ਦੇਸ਼ ਨੂੰ, ਇੱਕ ਸਟੇਟ ਨੂੰ, ਇੱਕ ਕੰਟਰੀ ਨੂੰ ਸੰਭਾਲਣਾ ਬਹੁਤ ਔਖਾ। ਮੁੱਦੇ ਤਾਂ ਬਹੁਤ ਸੀਰੀਅਸ ਨੇ, ਪਰ ਮੈਨੂੰ ਲੱਗਦਾ ਕਿ ਜਿਵੇਂ ਪੋਲੀਟਿਕਸ ਜਿੰਨੀ ਗੰਧਲ ਗਈ, ਆਈਡੀਓਲੋਜੀ ਤੋਂ ਬਿਨਾਂ ਹੋ ਗਈ, ਅਕਾਲੀ ਦਲ ਵਾਲੇ ਕਾਂਗਰਸ, ਕਾਂਗਰਸ ਵਾਲੇ ਆਪ ਵਾਲੇ, ਆਪ ਵਾਲੇ BJP 'ਚ, ਜਿਹੜੀ BJP ਪੰਜਾਬ ਦੀ ਅੱਜ ਕੱਲ੍ਹ ਹੈ, ਉਹਦੇ 'ਚ 90% ਤਾਂ ਅਕਾਲੀ ਕਾਂਗਰਸੀ ਨੇ, BJP ਦੇ ਜਿਹੜੇ ਪੁਰਾਣੇ ਵਰਕਰਸ ਉਹ ਤਾਂ ਕਿਤੇ ਦਿਸਦੇ ਨਹੀਂ, ਅਤੇ ਨਾ ਹੀ ਕਿਸੇ ਦਾ ਕੋਈ ਵਿਜ਼ਨ ਹੈ। ਬਲੇਮਿੰਗ ਇੱਕ ਦੂਸਰੇ ਨੂੰ ਕਰਦੇ ਰਹਿੰਦੇ ਕਿ ਇਹਨਾਂ ਨੇ, ਕਾਂਗਰਸੀਆਂ ਨੇ ਇਹ ਨਹੀਂ ਕੀਤਾ, BJP ਨੇ ਆਹ ਨਹੀਂ ਕੀਤਾ, ਅਕਾਲੀਆਂ ਨੇ ਆਹ ਨਹੀਂ ਕੀਤਾ, ਕੋਈ ਫਿਊਚਰ ਦੀ ਵਿਜ਼ਨ ਨਹੀਂ। ਪਾਵਰਟੀ
ਉੱਥੇ ਇਨਇਕੁਐਲਿਟੀ ਬਹੁਤ ਹੈ, ਜੋਬਸ ਹੈ ਨਹੀਂ, 98 ਤੋਂ ਬਾਅਦ ਕਾਲਜਾਂ 'ਚ ਲੈਕਚਰਾਂ ਦੀ ਭਰਤੀ ਨਹੀਂ ਹੋਈ, ਹੈਲਥ ਇੰਨੀ ਮਹਿੰਗੀ ਹੋ ਗਈ ਕਿ ਪ੍ਰਾਈਵੇਟ ਇੱਕ ਆਮ ਬੰਦਾ ਪ੍ਰਾਈਵੇਟ ਹੋਸਪਿਟਲ 'ਚ ਕਿਉਰ ਆਪਦਾ ਅਫੋਰਡ ਹੀ ਨਹੀਂ ਕਰਦਾ, ਅਤੇ ਇਸੇ ਤਰ੍ਹਾਂ ਨਾਲ ਜੋਬਸ ਵਿੱਚ ਇੰਨੀ ਲੋ ਇਨਕਮ ਲੋ ਸੈਲਰੀ 'ਤੇ ਲੋਕਾਂ ਨੂੰ ਕੰਮ ਕਰਨਾ ਪੈ ਰਿਹਾ ਕਿ ਰੋਟੀ ਚਲਾਉਣੀ ਮੁਸ਼ਕਲ ਹੋ ਗਈ। ਮਾਈਗ੍ਰੇਸ਼ਨ, ਜਿਹੜੇ ਬੈਸਟ ਬੰਦੇ ਹੈਗੇ ਪੰਜਾਬ ਦੇ, ਬੈਸਟ ਬ੍ਰੇਨਸ ਹੈ, ਉਹ ਮਾਈਗ੍ਰੇਟ ਕਰੀ ਜਾਂਦੇ ਆ, ਗਵਰਨਮੈਂਟ ਉਹਨੂੰ ਸਪੋਰਟ ਕਰਦੀ ਲੱਗਦੀ ਹੈ ਕਿ ਜਾਓ। ਸੋ ਜੇ ਇਹੋ ਜਿਹਾ ਹਾਲ ਹੋਵੇ ਉਹ ਦੇਸ਼ ਲਈ ਖਤਰਨਾਕ ਹੀ ਹੈ। ਮੈਨੂੰ ਕੋਈ ਆਪਸ਼ਨ ਤਾਂ ਦਿਸਦੀ ਨਹੀਂ। ਇੰਨਾ ਜ਼ਰੂਰ ਹੈ ਕਿ ਵੋਟ ਤਾਂ ਪਾਉਣੀ ਜ਼ਰੂਰ ਚਾਹੀਦੀ ਹੈ, ਪੋਜ਼ਿਟਿਵ ਨਾ ਹੋਵੇ ਤਾਂ ਜਿਹਨੂੰ ਤੁਸੀਂ ਰਿਜੈਕਟ ਕਰਨਾ ਚਾਹੁੰਦੇ ਉਹਦੇ ਅਗੇਂਸਟ ਜ਼ਰੂਰ ਪਾਓ, ਅਤੇ ਵਿਦਡਰੋਅ ਕਰਨਾ ਜਾਂ ਇਹ ਸੋਚਣਾ ਪੋਲੀਟਿਕਸ ਡਰਟੀ ਗੇਮ ਹੈ ਅਤੇ ਇਸ ਕਰਕੇ ਮੈਂ ਪਾਰਟੀਸਪੇਟ ਨਹੀਂ ਕਰਦਾ, ਇਹ ਸਹੀ ਗੱਲ ਨਹੀਂ ਹੈਗੀ। ਰਿਜੈਕਸ਼ਨ ਦੀ ਵੀ ਇੱਕ ਪੋਲੀਟਿਕਸ ਹੁੰਦੀ ਹੈ, ਨੋਟਾ ਇਹਦੀ ਕੋਈ ਆਪਸ਼ਨ ਨਹੀਂ। ਕਿਸੇ ਜਿਹੜੇ ਜਿਹੜਾ ਤੁਹਾਨੂੰ ਮਾੜਿਆਂ 'ਚੋਂ ਸਭ ਤੋਂ ਘੱਟ ਮਾੜਾ ਲੱਗਦਾ ਉਹਨੂੰ ਵੋਟ ਪਾ ਦਿਓ, ਅਤੇ ਮੈਨੂੰ ਹੋਪ ਕੋਈ ਦਿੰਦੀ ਨਹੀਂ, ਕਿਉਂਕਿ ਇਕਨੋਮਿਕ ਪੋਲਿਸੀ ਕਿਸੇ ਦੀ ਕੋਈ ਫਰਕ ਨਹੀਂ। ਗਲੋਬਲਾਈਜੇਸ਼ਨ ਦਾ ਇੰਨਾ ਜ਼ਬਰਦਸਤ ਅਸਰ ਹੈ ਕਿ ਜੋ IMF ਜਾਂ ਵਰਲਡ ਬੈਂਕ ਕਹਿੰਦਾ ਉਹੀ ਹਿੰਦੁਸਤਾਨ 'ਚ ਹੁੰਦਾ। ਮਨਮੋਹਨ ਸਿੰਘ ਵੀ ਉਹੀ ਕਰਦਾ ਸੀ, ਅਰੁਣ ਜੇਤਲੀ ਵੀ ਉਹੀ ਕਰਦਾ ਸੀ, ਹੁਣ ਵੀ ਸੀਤਾਰਮਨ ਵੀ ਉਹੀ ਕਰਦੇ ਆ। ਆਪਦੇ ਜਵਾਕ ਇਹਨਾਂ ਦੇ ਯੂਰਪ 'ਚ ਪੜ੍ਹਦੇ ਆ, ਅਮੈਰੀਕਾ 'ਚ ਰਹਿੰਦੇ ਆ, ਸਿਟੀਜ਼ਨ ਉੱਧਰ ਦੇ ਆ, ਤੁਹਾਡਿਆਂ ਨੂੰ ਇਹ ਯੋਗ ਸਿਖਾਉਂਦੇ ਆ ਜਾਂ ਮੰਤਰ ਸਿਖਾਉਂਦੇ ਆ, ਅਤੇ ਸਿੱਖਿਆ ਦਾ ਇੰਨਾ ਬੁਰਾ ਹਾਲ ਕਰ ਰਿਹਾ ਕਿ ਡਾਰਵਿਨ ਕੱਢਤਾ ਤੁਸੀਂ, ਪੀਰੀਓਡਿਕ ਟੇਬਲ ਕੱਢਤਾ, ਸਿੱਖਿਆ 'ਚੋਂ ਸਾਇੰਸ ਸਰਕਾਰੀ ਸਕੂਲਾਂ 'ਚੋਂ ਬਾਹਰ ਕੱਢੀ ਜਾਂਦੇ ਆ। ਸੋ ਬੜਾ ਪੈਸੀਮਿਸਟਿਕ ਮਾਹੌਲ ਹੈ, ਅਤੇ ਲੋਕ ਵੀ ਮੈਨੂੰ ਇਹ ਲੱਗਦਾ ਕਿ ਹੋਪਲੈਸ ਸੀ ਮਹਿਸੂਸ ਕਰਦੇ ਇਹਦੇ 'ਚ। ਤਾਂ ਤੁਸੀਂ ਸੁਣਿਆ ਲੋਕਾਂ ਦਾ ਕਹਿਣਾ ਹੈ ਕਿ ਲੀਡਰਾਂ ਦਾ ਕੋਈ ਵੀ ਵਿਜ਼ਨ ਨਹੀਂ ਹੈ, ਸਿਆਸਤ ਇੰਨੀ ਗੰਦਲੀ ਹੋ ਚੁੱਕੀ ਹੈ ਕਿ ਲੋਕਾਂ ਦੇ ਮੁੱਦੇ ਕਿਤੇ ਪਿੱਛੇ ਰਹਿ ਗਏ ਨੇ, ਅਤੇ ਬਠਿੰਡਾ ਦੀ ਜਨਤਾ ਹੁਣ 4 ਜੂਨ ਨੂੰ ਕੀ ਫੈਸਲਾ ਲਵੇਗੀ ਇਹ ਦੇਖਣਾ ਬਹੁਤ ਅਹਿਮ ਰਹੇਗਾ। ਤੁਸੀਂ ਜੁੜੇ ਰਹੋ ETV ਭਾਰਤ ਦੇ ਨਾਲ, ਅਤੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਆਪਣੇ ਉਮੀਦਵਾਰੇ ਕੀ ਸੋਚਦੇ ਹੋ, ਆਪਣੇ ਹਲਕੇ ਬਾਰੇ ਕੀ ਸੋਚਦੇ ਹੋ, ਅਤੇ ਪੂਰੀ ਪੰਜਾਬ ਦੀਆਂ ਸੀਟਾਂ ਬਾਰੇ ਤੁਹਾਡਾ ਕੀ ਵਿਚਾਰ ਹੈ, ਕਿਸ ਪਾਰਟੀ ਦੀ ਜਿੱਤ ਹੋਵੇਗੀ ਅਤੇ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ। ਤੁਸੀਂ ਜੁੜੇ ਰਹੋ ETV ਦੇ ਨਾਲ, ਮੈਨੂੰ ਦਿਓ ਇਜਾਜ਼ਤ, ਧੰਨਵਾਦ।